ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਸੀਤਲ ਹਰ ਦੇ ਨਾਲ ਕੰਮ ਰਿਆ ਪੰਜਾਬ ਤੋਂ ਨੇ ਪੂਰਾ ਉੱਤਰ ਭਾਰਤ ਆਈਐਮਡੀ ਨੇ ਜਾਰੀ ਕੀਤਾ ਅਲਰਟ ਜਾਣੋ 25 ਜਨਵਰੀ ਤੱਕ ਦੇ ਮੌਸਮ ਦਾ ਹਾਲ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਠੰਡ ਲਹਿਰ ਅਤੇ ਸੰਘਣੀ ਧੁੰਦ ਦੇ ਚੇਤਾਵਨੀਆਂ ਜਾਰੀ ਕੀਤੀਆਂ ਆਈਐਮਡੀ ਨੇ ਕਿਹਾ ਸਨੇਚਰਵਾਰ ਨੂੰ ਪੰਜਾਬ ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਠੰਡ ਲਹਿਰ ਰਿਕਾਰਡ ਕੀਤੀ ਗਈ ਇਸ ਦੇ ਨਾਲ ਹੀ ਪੂਰਬੀ ਭਾਰਤ ਵਿੱਚ ਘਟੋ ਘਟਾ ਤਾਪਮਾਨ 2 ਤੋਂ ਲੈ ਕੇ 3 ਡਿਗਰੀ ਸੈਲਸੀਅਸ ਤੱਕ ਘੱਟ ਗੰਦੀ ਸੰਭਾਵਨਾ ਅਤੇ ਮੌਸਮ ਵਿਭਾਗ ਨੇ ਪਵੈਖਬਾਣੀ ਜਾਰੀ ਕੀਤੀ ਹੈ ਕਿ 25 ਜਨਵਰੀ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿਚ ਦੇ ਰਾਤ ਅਤੇ ਸਵੇਰ ਦੇ ਸਮੇਂ ਦੌਰਾਨ ਸੰਗਣੀ ਤੋਂ ਬਹੁਤ ਸੰਗਣੀਤਾੰਦ ਹੈ ਛਾਈ ਰਹੇਗੀ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਵਿੱਚ 23 ਜਨਵਰੀ ਤੱਕ ਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ 24 ਜਨਵਰੀ ਤੱਕ ਤੰਦ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ ਮੋਗਾ ਰੈਲੀ 'ਚ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਨੂੰ ਚੁਣੌਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਦੇ ਵਿਰੋਧ ਦੇ ਬਾਅਦ ਯੂ ਦਾ ਨਮਜੋਤ ਸੰਘਾ ਸਿੱਧੂ ਨੇ ਐਤਵਾਰ ਨੂੰ ਮੋਗਰ ਵਿੱਚ ਰੈਲੀ ਕੀਤੀ ਇੱਥੇ ਉਹਨਾਂ ਨੇ ਸੀਮਾ ਭਗਵੰਤਮਾਨ ਨੂੰ ਖੁੱਲੀ ਚੁਣੌਤੀ ਦਿੱਤੀ ਆ ਤੇ ਉਹਨਾਂ ਨੇ ਕਹਿ ਕੇ ਉਹ 300 ਸੁਵਾਲਾਂ ਦਾ ਭਗੌੜਾ ਤੇ ਇੱਥੇ ਚੋਰਾ ਦਾ ਸਿਸਟਮ ਚੱਲ ਰਿਹਾ ਸਿੱਧੂ ਨੇ ਕਿਹਾ ਹੈ ਕਿ ਭਗਵੰਤਮਾਨ ਕਹਿੰਦੇ ਹਨ ਕਿ ਸਿੱਧੂ ਦੇ ਕੋਲ ਤੱਥ ਨਹੀਂ ਹਨ ਤੇ ਅੱਜ ਸਿੱਧੂ ਤੁਹਾਨੂੰ ਬੰਬ ਦੇ ਬਾਗ ਤੱਥਾਂ ਦੇ ਨਾਲ ਠੋਕਣਗੇ ਤੇ ਅੱਜ ਮੈਂ ਸਭ ਦੇ ਸਾਹਮਣੇ ਖੜਾ ਹੋ ਕੇ ਕਹਿ ਰਿਹਾ ਕਿ ਜੇ ਭਗਵਾਨ ਤਮਨ ਨੇ ਮਾਂ ਦਾ ਦੁੱਧ ਪੀਤਾ ਤਾਂ ਬੰਦ ਕਮਰੇ ਦੇ ਵਿੱਚ ਇਕੱਠੇ ਬੈਠੋ ਪੰਜਾਬ ਦੇ ਮਸਲਿਆਂ ਤੇ ਬਹਿਸ ਸਿੱਧੂ ਹਾਰੇ ਤਾਂ ਕਹੋ ਕਾਂਗਰਸ ਨੂੰ ਨਸੀਹਤ ਤਾਂ ਦੰਦਿਆ ਸਿੱਧੂ ਨੇ ਕਹਿ ਕੇ ਕਾਂਗਰਸ ਸ਼ਾਖ ਤੇ ਨਹੀਂ ਰਹਿ ਸਕਦੀ ਇਮਾਨਦਾਰੀ ਨੂੰ ਅੱਗੇ ਲਿਆਉਣਾ ਪਵੇਗਾ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਹਨਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਤਾਂ ਹੀ ਕਾਂਗਰਸ ਅੱਗੇ ਆਵੇਗੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋਸ਼ਲ ਮੀਡੀਆ ਤੇ ਮਸ਼ਹੂਰਾ ਪਾਣਾ ਸਿੱਧੂ ਪਰੋਤੇ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਤਾਂ ਦੋਸਤੋਂ ਪੰਜਾਬ ਦੇ ਲੁਧਿਆਣਾ ਦੇ ਬੈਚ ਬਲੌਗਰ ਕਾਕਾ ਸਿੱਧੂ ਅਰਫਾ ਪਾਣਾ ਸਿੱਧੂ ਦੇ ਉੱਤੇ ਇੱਕ ਮਹਿਲਾ ਟਰੈਵਲ ਏਜੰਟ ਤੋਂ 10000 ਰੁਪਏ ਦੇ ਫਰੋਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਸਮਾਨ ਦੇ ਵੇਚ ਮਹਿਲਾ ਨੇ ਪੁਲਿਸ ਨੂੰ ਫੋਨ ਦੇ ਰਿਕਾਰਡਿੰਗ ਪੇਸ਼ ਕੀਤੇ ਇਸ ਮਗਰੋਂ ਪੁਲਿਸ ਨੇ ਭਾਨਾ ਸੁੱਧੂ ਦੇ ਖਿਲਾਫ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿਲਾ ਟਰੈਵਲ ਏਜੰਟ ਇੰਦਰਜੀਤ ਕੌਰ 42 ਸਾਲਾ ਵਾਸੀ ਸੈਕਟਰ 32ਏ ਨੇ ਪਲੱਸ ਨੂੰ ਦੱਸਾਇਆ ਕਿ ਉਹਦਾ ਇਮੀਗ੍ਰੇਸ਼ਨ ਦਾ ਦਫ਼ਤਰ ਅਸ਼ਮੀਤਾ ਚੌਂਕਾ थाना ਮਾਡਲਾ ਟਾਊਨੜਿਆ ਤੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਆ ਤੇ ਕਈ ਵਾਰ ਜਦੋਂ ਲੋਕਾਂ ਨੂੰ ਵੀਜ਼ੇ ਤੋਂ ਨਾ ਹੋ ਜਾਂਦੇ ਆ ਤਾਂ ਉਹ ਉਹਨਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੇ ਆ ਬਲੌਗਰ ਭਾਨਾ ਸਿੱਧੂ ਅਕਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਟਰੈਵਲ ਏਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਤੇ ਇਸੇ ਦੋਸ਼ ਦੇ ਵਿੱਚ ਬਲੌਗਰ ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਬੀ ਆਰ ਬੀ ਮਾਮਲਿਆਂ ਦੇ ਸਬੰਧੇ ਅਦਾਲਤ ਵਿੱਚ ਟਰਾਇਲ ਸ਼ੁਰੂ ਹੋਣ ਦੇ ਨਾਲ ਇਨਸਾਫ ਦੀ ਆਸ ਵੱਜੀ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਬਾਪਰੇ ਬੀ ਆਰ ਬੀ ਕਾਂਡ ਦਾ ਇਨਸਾਫ ਮੰਗ ਰਹੀ ਸ਼ਾਂਤਵੇਂ ਧਰਨੇ ਤੇ ਬੈਠੇ ਸੰਗਤਾਂ ਦੇ ਉੱਪਰ ਬੱਤੀਆਂ ਵਾਲਾ ਚੌਕ ਕੋਟਕਪੁਰਾ ਤੇ ਬਾਬਲ ਕਲਾ ਵਿਖੇ ਢਾਈ ਗਏ ਪੁਲਸੀਆ ਤੇ ਸ਼ਾਦਾ ਦੇ ਮਾਮਲੇ ਦੇ ਵਿੱਚ ਵੱਖ-ਵੱਖ ਸਮੇਂ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦਾ ਗਠਨ ਹੋਇਆ ਤੇ ਹੁਣ ਐਸਆਈਟੀ ਦੇ ਬਲ 23 ਜਨਵਰੀ ਨੂੰ ਕੋਟਕਪੁਰਾ ਗੋਲੇ ਕਾਂਡ ਦੇ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਸਨੈਚਰ ਬਾਅਦ ਨੂੰ ਫਰੀਰਕੋਟ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਮੋਲਜਮਾ ਸੋਹਿਲ ਸਿੰਘ ਦਾ ਬਰਾੜ ਖੋਦ ਦਾ ਅਦਾਲਤ ਵਿੱਚ ਪੇਸ਼ ਹੋਇਆ ਜਰ ਕੇ ਹੋਰਾਂ ਮੋਲਜਮਾਨੇ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਲਵਾਈ ਅਤੇ ਅਗਤ ਮਾਮਲੇ ਦੇ ਸਬੰਧ ਦੇ ਅਦਾਲਤ ਵਿੱਚ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਤੇ ਇਸ ਮਾਮਲੇ ਦੇ ਅਗਲੀ ਸੁਣਵਾਈ ਹੁਣ 29 ਫਰਵਰੀ ਨੂੰ ਹੋਣੀ ਹੈ ਪੰਜਾਬ ਸਰਕਾਰ ਤੇ ਪੜਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘਾ ਬੋਲੇ ਜ਼ਿਲ੍ਹੇ ਵਿੱਚ ਗੈਂਗਸਟਰਾਂ ਦਾ ਚੱਲ ਰਿਹਾ ਸਾਮਰਾਜ ਤਾਂ ਦੋਸਤੋ ਪੰਜਾਬੀ ਮਰਹੂਮ ਗਾਇਕ ਸ਼ੁਭਦੀਪ ਸੰਗਾ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸੰਗਾ ਤੇ ਉਹਨਾਂ ਦੇ ਮਾਤਾ ਚਰਨ ਕੋ ਲਗਾਤਾਰ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਜੰਗ ਲੜ ਰਹੇ ਹਨ ਤੇ ਅਸ ਵਿਚਾਲੇ ਬਲਕਾਰ ਸਿੰਘ ਦੇ ਵੱਲੋਂ ਪੰਜਾਬ ਦੇ ਜੇਲ੍ਹ ਮੰਤਰੀ ਤੇ ਨਿਸ਼ਾਨਾ ਸਾਧਿਆ ਗਿਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਸ਼ੋਭਦੀਪ ਦੇ ਕਤਲ ਦੇ ਦੋਸ਼ ਦੇ ਵਿੱਚ ਗੈਂਗਸਟਰਾਂ ਤੇ ਸ਼ੂਟਰਾਂ ਤੋਂ 9 ਮਹੀਨਿਆਂ ਦੇ ਵਿੱਚ 10 ਤੋਂ ਬਾਅਦ ਦਾ ਮੋਬਾਈਲ ਫੋਨਾਂ ਬਰਾਮਦ ਕਿਤੇ ਜਾ ਚੁੱਕੇ ਹਨ ਤੇ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਦਾ ਸਾਮਰਾਜ ਚੱਲ ਰਿਹਾ ਤੇ ਜੇਲ੍ਹ ਮੰਤਰੀ ਨੂੰ ਉਹਨਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਲਕਾਰ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਾ ਕੇ ਹਾਈ ਕੋਰਟ ਦੇ ਦਖਲਅਤੇ ਸਰਕਾਰ ਅਤੇ ਜ਼ਿਲ੍ਹਾ ਅਧਿਕਾਰੀਆਂ ਤੇ ਸੁਬਾਲ ਉਠਾਏ ਜਾਣ ਦੇ ਬਵਾਯੂ ਦਾ ਅਜਿਹਾ ਲਗਾਤਾਰ ਹੋ ਰਿਹਾ ਤੇ ਇਸ ਦਾ ਮਤਲਬ ਹੈ ਸਿਰਫ ਦੋ ਚੀਜ਼ਾਂ ਹੋ ਸਕਦਾਂ ਹਨ ਜਾਂ ਤਾਂ ਪੰਜਾਬ ਸਰਕਾਰ ਜਾਂ ਜੇਲ੍ਹ ਮੰਤਰੀ ਇਸ ਨੂੰ ਰੋਕਣਾ ਨਹੀਂ ਚਾਹੁੰਦੇ ਬਲਕੌਰ ਸਿੰਘ ਨੇ ਅੱਗੇ ਲਿਖਿਆ ਕਿ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਸਿਸਟਮ ਪੂਰੇ ਤਰ੍ਹਾਂ ناکਾਮਯਾਬ ਹੈ ਤੇ ਦੋਹਾਂ ਗੱਲਾਂ ਦਾ ਮੂਲ ਕਾਰਨ ਸਿਆਸੀ ਬਦਲਾਖੁਰੇ ਤੇ ਭ੍ਰਿਸ਼ਟ ਰਾਜਨੀਤੀ ਹੈ ਸਰਫਾ ਕਾਗਜ਼ਾਂ ਵਿੱਚ ਖਰੀਦੀਆਂ 11275 ਪਰਾਲੀ ਬਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਮਿਲੀਆਂ ਹੀ ਨਹੀਂ ਅਤੇ ਹੁਣ ਤੱਕ 900 ਲੋਕਾਂ ਨੂੰ ਨੋਟਿਸ ਜਾਰੀ ਪੰਜਾਬ ਦੇ ਵਿੱਚ ਪਰਾਲੀ ਪ੍ਰਬੰਧਨ ਦੇ ਲਈ ਖਰੀਦੀ ਗਏ ਮਸ਼ੀਨਰੀ ਬੈਚਾਂ ਕਰੋੜਾ ਰੁਪਏ ਦੇ ਕੱਪੜੇ ਨੇ ਸਰਕਾਰੀ ਅਧਿਕਾਰੀਆਂ ਦੇ ਨੀਂਦ ਦਾ ਉਡਾ ਦਿੱਤੇ ਪੰਜਾਬ ਸਰਕਾਰ ਨੇ ਐਸਾ ਕੱਪੜੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਹਾਇਕ ਸਾਵਨ ਇੰਸਪੈਕਟਰਾਂ ਖੇਤੀਬਾੜੀ ਵਿਕਾਸ ਅਧਿਕਾਰੀਆਂ ਤੇ ਖੇਤੀਬਾੜੀ ਵਿਸਤਾਰ ਅਧਿਕਾਰੀਆਂ ਨੋਟਸ ਜਾਰੀ ਕਰਕੇ ਜਵਾਬ ਤਲਬ ਕੀਤਾ ਹਸਲ ਜਾਣਕਾਰਦ ਮੁਤਾਬਕ ਪਹਿਲੇ ਪੜਾਅ ਵਿੱਚ ਕਰੀਬ 900 ਲੋਕਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕੀਤੇ ਗਏ ਅਤੇ ਇਹਨਾਂ ਦੇ ਵਿੱਚ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੰਤੇ ਇਸ ਮਾਮਲੇ ਦੇ ਵਿੱਚ 15 ਦਿਨਾਂ ਦੇ ਵਿੱਚ ਜਵਾਬ ਮੰਗਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਜਲਦੀ ਇਹ ਸੱਕੋਟਾਲੇ ਦਾ ਪਰਦਾ ਫਾਸ਼ ਹੋ ਜਾਵੇਗਾ 26 ਨੂੰ ਦੇਖਦੇ 500 ਜ਼ਿਲ੍ਹਿਆਂ ਵਿੱਚ ਕੱਢੇ ਜਾਵਗੇ ਟਰੈਕਟਰ ਪ੍ਰੇਡ ਰਾਮਾ ਤਾਂ ਦੋਸਤੋ ਦੇਖਦੇ ਸੰਜਗਤ ਤੱਕ ਖਸਾਨ ਮੋਰਚੇ ਦੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪ੍ਰੇਡਾ ਕੱਢਣ ਦੇ ਲੈ ਗਏ ਫੈਸਲੇ ਨੂੰ ਕਿਸਾਨ ਪੂਰੇ ਜੋਸ਼ ਦੇ ਨਾਲ ਸ਼ਾਂਤੀਪੂਰਨ ਟਰੈਕਟਰ ਪ੍ਰੇਡਾ ਕੱਢ ਕੇ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ ਤੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਵਾਜ਼ ਸੁਣਨੀ ਪਵੇਗੀ ਤੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਜੁਨੇ ਨੇ ਲੱਖੋ ਵਾਲਾ ਟਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸੇਂਗਾ ਰਾਮਾਨੇ ਕਰਦਾ ਕਿ ਕੇਂਦਰ ਸਰਕਾਰ ਨੇ ਤਿੰਨ ਸਾਲਾਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਕੋਈ ਵੀ ਮੀਟਿੰਗਾਂ ਨਹੀਂ ਕੀਤੀ ਉਹਨਾਂ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ ਫਸਲਾਂ ਤੇ ਐਮਐਸਪੀ ਅਤੇ ਸਰਕਾਰੀ ਖਰੀਦੀ ਗਰੰਟੀ ਲਕੀਮਪੁਰਾ ਘਟਨਾ ਦੇ ਸਾਰੇ ਮਲਜ਼ਮਾਂ ਨੂੰ ਸਜ਼ਾਵਾਣਾ ਤੇ ਬੇਦੋਸ਼ਿਕ ਸਾਨੂੰਨ ਜ਼ਿਲ੍ਹੇ ਦੇ ਵਿੱਚ ਰਿਹਾ ਕਰਵਾਉਣਾ ਕਿਸਾਨਾਂ ਤੇ ਕੀਤੇ ਗਏ ਪਰਚੀ ਰੱਦ ਕਰਵਾਉਣਾ ਬਿਜਲੀ ਬੈਲਾ 2020 ਰਾਤ ਦਾ ਕਰਵਾਉਣ ਸਮੂਚਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਾਰਜਾ ਖਤਮ ਕਰਨ ਕਿਸਾਨ ਮਜ਼ਦੂਰਾਂ ਦੀ ਪੈਨਸ਼ਨ ਲਗਵਾਉਣਾ ਦਿੱਲੀ ਮੋਰਚਰ ਦਰਾਨ ਸ਼ਹੀਦੋ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਆਵਜ਼ਾ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਫਸਲੀ ਬੀਮਾ ਜੋਇਨਾ ਲਾਗੂ ਕਰਵਾਉਣ ਆਦ ਮੰਗਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਸਹਿਮਤੀ ਬਣੀ ਸੀ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਖਲਾਫ ਇੱਕ ਵਾਰ ਫਿਰ ਆਰ ਪਾਰ ਦੇ ਲੜਾਈ ਕਿਸਾਨਾਂ ਨੂੰ ਲੜਨੀ ਪਵੇਗੀ ਪੰਜਾਬ ਸਰਕਾਰ ਵੱਲੋਂ ਦੂਜਾ ਬੱਚਾ ਲੜ ਕੇ ਪੈਰਾ ਹੁਣ ਤੇ ਦਿੱਤੇ ਜਾ ਰਹੇ ਹਨ 6000 ਰੁਪਏ ਡਾਕਟਰ ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਦੂਜਾ ਬੱਚਾ ਲੜ ਕੇ ਪੈਰਾ ਹੁਣ ਤੇ 6000 ਰੁਪਏ ਸਹਾਇਤਾ ਰਾਸ਼ੀ ਵੱਜੋਂ ਦਿੱਤੇ ਜਾ ਰਿਹਾ ਇਹ ਜਾਣਕਾਰੀ ਦੰਦਿਆ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਜਿੱਥੇ ਐਸਾ ਜੋ ਇਹਨਾਂ ਨੂੰ ਲਾਗੂ ਕਰਨ ਦਾ ਅਦੇਸ਼ ਲੜਕੀਆਂ ਦੇ ਲਿੰਗ ਅਨੁਪਾਤ ਦੇ ਵਿੱਚ ਸੁਧਾਰ ਕਰਨ ਅਤੇ ਉਤੇ ਔਰਤਾਂ ਨੂੰ ਅੰਸ਼ਕ ਮੁਆਵਜ਼ਾ ਪ੍ਰਦਾਨ ਕਰਕੇ ਉਹਨਾਂ ਦੇ ਸਿਹਤ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੁਧਾਰ ਕਰਨ ਕੈਬਨਟ ਮੰਤਰੀ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ 19 ਸਾਲ ਅਤੇ ਇਸ ਤੋਂ ਬਾਅਦ ਉਮਰਦਿਆਂ ਔਰਤਾਂ ਨੂੰ ਪਹਿਲੇ ਜੀਵਤਾ ਬੱਚੇ ਦੇ ਜਨਮ ਤੇ 5000 ਰੁਪਏ ਦੋ ਕੈਸ਼ਾਂ ਵਿੱਚ 3000 ਪਲੱਸ 2000 ਰੁਪਏ ਦਿੱਤੇ ਜਾ ਰਹੇ ਹਨ ਤੇ ਅੱਗੇ ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਐਸਾ ਜੋ ਇਹਨਾਂ ਨੇ ਬਿਆਨਤਾ ਵਾਦਾ ਕਰਦਿਆ ਹੁਣ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ 6000 ਰੁਪਏ ਦਿੱਤੇ ਜਾ ਰਹੇ ਹਨ ਤੇ ਇਹ ਰਾਸ਼ੀ ਪ੍ਰਧਾਨ ਮੰਤਰੀ ਮਾਂ ਤਰੂ ਬੰਦਨਾ ਯੋਜਨਾ ਤਹਿਤ ਗਰਭਪਤੀ ਔਰਤਾ ਤੇ ਦੁੱਧ ਚੰਗਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ਼ ਸ਼ਰਤਾਂ ਦੀ ਪੂਰਤੀ ਦੇ ਅਧੀਨ ਦਿੱਤੀ ਜਾ ਰਹੀ ਹੈ ਸਸਤੇ ਹੋਣਗੇ ਐਲਪੀਜੀ ਗੈਸ ਸਿਲੰਡਰਾਂ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਰ ਸਕਦੇ ਹੈ ਵੱਡਾ ਐਲਾਨ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਸਸਤੇ ਭਾਅ ਤੇ ਐਲਪੀਜੀ ਸਿਲੰਡਰਾਂ ਮੁਹੱਈਆ ਕਰਵਾਉਣ ਤੇ ਵਿਚਾਰ ਕਰ ਰਹੀ ਹੈ ਦੱਸ ਰਿਹਾ ਕਿ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਮੋਦੀ ਸਰਕਾਰ ਨੇ ਕਰਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਉਜਵਲਾ ਜੋ ਇਹਨਾਂ ਦੇ ਲਾਭਪਾਤਰੀਆਂ ਨੂੰ 400 ਰੁਪਏ ਦੀ ਸਬਸਿਡੀ ਮਿਲਣੀ ਸ਼ੁਰੂ ਹੋ ਗਿਆ ਸੂਤਰਾਂ ਦੇ ਮੰਨੀਆ ਤੱਕ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਦੇ ਤਹਿਤਾ ਦੇਹ ਦੇ ਵਿੱਚ ਪ੍ਰਤੀ ਵਿਅਕਤੀ ਆਸਤਾ ਖਾਪਤ ਨੂੰ ਸੁਧਾਰਨ ਦਲੇ ਬਚਨਵਾਦ ਅਤੇ ਐਸਾ ਸਾਧਰਾ ਬੈਚ ਜਾਂ ਕੇਂਦਰ ਸਰਕਾਰ ਗਰੀਬਾ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ 300 ਰੁਪਏ ਦੇ ਸਬਸਿਡੀ ਵਿੱਚ ਹੋਰ ਵਾਦਾ ਕਰਨ ਦਾ ਫੈਸਲਾ ਲੈ ਸਕਦੇ ਆ ਦੱਸਦੇ ਕਿ ਪ੍ਰਧਾਨ ਮੰਤਰੀ ਉਜਬਲਾ ਜੋਇਨਾ ਦੇ ਤਹਿਤਾ ਆਉਣ ਵਾਲੇ ਲਾਭਪਾਤਰਾਂ ਨੂੰ ਦਿੱਲੀ ਦੇ ਵਿੱਚ 600 ਰੁਪਏ ਦੇ ਵਿੱਚ 14.4 ਕਿਲੋ ਦਾ ਐਲਪੀਜੀ ਸਿਲੰਡਰ ਮਿਲਦਾ ਹੈ ਤਹਿਤ ਦੇ ਨਾਲ ਹੀ ਦੇਹ ਦੇ ਵਿੱਚ ਇਸ ਸਮੇਂ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 1200 ਰੁਪਏ ਦੇ ਕਰੀਬ ਹੈ ਜਿਸ ਦੇ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਐਲ ਪੀ ਜੀ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ ਸ Rajasthan ਅਤੇ Chhattisgarh ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਇਪ ਨੇ ਸਿਲੰਡਰ ਦੀ ਕੀਮਤਾਂ 500 ਰੁਪਏ ਕਰਨ ਦੇ ਗਰਾਂਟੇ ਦਿੱਤੇ ਸੀ ਹਾਲਾਂਕਿ ਐਸ ਚੋਣਾਂ ਬਾਅਦ ਇਹਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਪਰ आगामी लोकसभा चुनाव ਦੇ ਮੱਦੇਨਜ਼ਰ ਜਲਦੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਘਟਾਉਣ ਦੀ ਚਰਚਾ ਹੈ। راہਲ ਗਾਂਦੇ ਦੇ ਭਾਰਤ ਜੋੜੋ ਨਿਆ ਯਾਤਰਾ ਦੇ ਵਿੱਚ ਪਹੁੰਚੇ ਪਾਈਪਾ ਵਰਕਰ ਹਫੜਾ ਦਫੜੀ ਦਾ ਮਾਹੌਲ ਬਣਿਆ। ਤਾਂ ਦੋਸਤੋ راہਲ ਗਾਂਦੇ ਦੇ ਅਗਭਾਈ ਰਹੇਟਾ ਕਾਂਗਰਸ ਦੇ ਵੱਲੋਂ ਮਣੀਪੁਰ ਤੋਂ ਮੁੰਬਈ ਤੱਕ ਭਾਰਤ ਜੋੜੋ ਨਿਆ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯਾਤਰਾ ਦੇ 8ਵੇਂ ਦਿਨ راہਲ ਅਸਾਮ ਦੇ ਸੁਨੇਤ ਪਰ ਇਲਾਕੇ ਦੇ ਵਿੱਚ ਆ ਪਹੁੰਚਿਆ ਇੱਕ ਥਾਂ ਤੇ ਲੋਕਾਂ ਨੂੰ ਮਿਲਣ ਦੇ ਲਈ ਬੱਸ ਤੋਂ ਉਤਰੇ ਰਾਹੁਲ ਗਾਂਦੇ ਨੂੰ ਕੁੱਝ ਸਕੈਂਟਰ ਦੇ ਵਿੱਚ ਬੱਸ ਵਿੱਚ ਆ ਵਾਪਸ ਬਿਠਾ ਦਿੱਤਾ ਗਿਆ ਦਰਸਲ ਰਾਹੁਲ ਗਾਂਦੇ ਜੈਸਾ ਬੱਸ ਦੇ ਵਿੱਚ ਆ ਸਫ਼ਰ ਕਰ ਰਹੇ ਹਣ ਤੇ ਉਹਦੇ ਆਲੇ-ਦੁਆਲੇ ਕੁੱਝ ਲੋਕਾਂ ਨੂੰ ਪਾਏ-ਪਾਦੇ ਚੰਡੇ ਲੈ ਕੇ ਜਾਂਦੇ ਦੇਖ ਕੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਇਸ ਤੋਂ ਪਹਿਲਾਂ ਪਾਰਟੀ ਦੇ ਜਰਨਲਿਸਟਾਂ ਕਰਾ ਜੈਰਾਮਾ ਰਮੇਸ਼ ਦੀ ਕਾਰ ਨੂੰ ਨਿਸ਼ਾਨਾ ਬਣਾ ਜਾਂਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਾਂ